ਨੰਗਲ ਨਗਰ ਕੌਂਸਲ ਦੀ ਕੈਂਪ ਬੈਠਕ ਦੌਰਾਨ ਸ਼ਹਿਰ ਦੀ ਸਫਾਈ ਲਈ 1.5 ਕਰੋੜ ਦਾ ਮਤਾ ਪਾਸ ਕੀਤਾ ਗਿਆ। 1,86,062 ਰੁਪਏ ਦੀ ਲਾਗਤ ਨਾਲ ਅਨੰਦਪੁਰ ਸਾਹਿਬ ਵਿੱਚ ਸਥਾਪਨਾ ਦਿਹਾੜਾ ਅਤੇ ਫੋਗਿੰਗ ਅਤੇ ਹੋਰ ਕਾਰਜਾਂ ਲਈ ਖਰਚੇ ਜਾਣਗੇ। ਮੱਛਰ ਮਾਰਨ ਵਾਲੀ ਦਵਾਈ ਖਰੀਦਣ ਲਈ 4,34,000 ਦੇ ਖਰਚੇ ਨੂੰ ਵੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ। ਨਗਰ ਕੌਂਸਲ ਵੱਲੋਂ ਫੈਸਲਾ ਕੀਤਾ ਗਿਆ ਕਿ BBMB ਵਿਵਸਥਾ ਨੂੰ ਨੋਟਿਸ ਜਾਰੀ ਕਰ ਇਹ ਕਹੇਗੀ ਜਾਂ ਤਾਂ BBMB ਆਪਣੇ ਖੇਤਰ ਵਿੱਚ ਖੁਦ ਸਫਾਈ ਵਿਵਸਥਾ ਨੂੰ ਬਿਹਤਰ ਬਣਾਵੇ ਜਾਂ ਫਿਰ ਇਸ ਇਲਾਕੇ ਵਿੱਚ ਸਫਾਈ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੂੰ ਦਿੱਤੀ ਜਾਵੇ ਤਾਂ ਜੋ ਇਸ ਸਮੇਂ ਫੈਲ ਰਹੀ ਬਿਮਾਰੀ ਡੇਂਗੂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਅਸੀਂ BBMB ਦੇ ਚੀਫ ਇੰਜੀਨੀਅਰ ਸ੍ਰੀ ਬਾੜੀ ਸਾਹਿਬ ਨੂੰ ਮਿਲੇ, ਉਹਨਾਂ ਨੂੰ ਕਿਹਾ ਜਾਂ ਸਫਾਈ ਦਾ ਕੰਮ ਹੈ ਜਾਂ ਨਗਰ ਕੌਂਸਲ ਨੂੰ ਦੇ ਦਿਓ ਜਾਂ ਅਸੀਂ ਆਪ ਕਰੋ, ਜੇ ਨਗਰ ਕੌਂਸਲ ਕਰਨ ਤਿਆਰ ਹੈ, NOC ਦਾ ਕੰਮ ਕਰਨ ਨੂੰ ਤਿਆਰ ਹੈ। ਪਰ ਜਿਹੜਾ ਸਾਡਾ ਨੰਗਲ ਦਾ ਮੋਸਟਲੀ ਏਰੀਆ ਜੋ ਭਾਖੜਾ ਬਿਆਸ ਪ੍ਰਬੰਧਕ ਮੈਨੇਜਮੈਂਟ ਬੋਰਡ ਦੇ ਅੰਡਰ ਹੈ, ਉਥੇ ਕੌਂਸਲ ਦੇ ਦਫ਼ਤਰ ਤੋਂ ਵੱਲੋਂ ਕੋਈ ਵੀ ਆਫਿਸਰ ਦੇ ਲੈਵਲ ਤੇ ਕੋਈ ਸਵਾਈ ਸੇਵਕ ਨਹੀਂ ਭੇਜਿਆ ਜਾਂਦਾ। BBMB ਦਾ ਦਖਲ ਹੈ, ਪਰ ਇਹਨਾਂ ਦੀ ਆਪਸੀ ਲੜਾਈ ਕਾਰਨ ਸ਼ਹਿਰ ਦੇ ਵਿੱਚ ਡੇਂਗੂ ਵਰਗੀ ਬੜੀ ਵੱਡੀ ਐਪੀਡੈਮਿਕ ਹੈ ਜਿਹਨੂੰ ਮਹਾਮਾਰੀ ਫੈਲ ਸਕਦੀ। ਉਹਦੇ ਸਾਰੇ ਲਈ ਜੇ ਕੌਂਸਲ ਅਧਿਕਾਰੀਆਂ ਨੇ ਉਥੇ ਸਫਾਈ ਨਾ ਕੀਤੀ ਜਾਂ BBMB ਅਧਿਕਾਰੀਆਂ ਨੇ ਰੋਕਿਆ ਤਾਂ ਜੇ ਕੋਈ ਨੁਕਸਾਨ ਹੁੰਦਾ ਪਬਲਿਕਲੀ ਜਾਂ ਲੋਕਾਂ ਦਾ ਨੁਕਸਾਨ ਹੁੰਦਾ ਬੁਖਾਰ ਕਰਕੇ ਡੇਂਗੂ ਕਰਕੇ, ਇਹਦੇ ਲਈ BBMB ਜੇ ਉਹ ਰੋਕੂਗੀ, ਜੇ ਕੌਂਸਲ ਨਹੀਂ ਕਰੂਗੀ ਤਾਂ ਕੌਂਸਲ ਜ਼ਿੰਮੇਵਾਰ ਹੋਊਗੀ ਜਾਂ ਇਹਦਾ ਖਮਿਆਜਾ ਸਰਕਾਰ ਨੂੰ ਤੇ ਖਾਸ ਕਰਕੇ ਕੌਂਸਲ ਜਾਂ BBMB ਨੂੰ ਭੁਗਤਣਾ ਪਵੇ। ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੁਡੇ।